ਅੱਛਾ, ਮੈਨੂੰ ਹੁਣ ਨਾ ਸਭ ਤੋਂ ਜ਼ਿਆਦਾ ਟੈਨਸ਼ਨ ਇਸ ਟਾਈਮ, ਪਤਾ ਕੀ ਨਾਜ਼ਰੀ ਨਹੀਂ ਉਹ ਘੜੀ, ਮੈਂ ਘਰ ਭੁੱਲ ਆਇਆ ਵਾਂ, ਚੈੱਕ ਕਰਿਓ ਤੁਸੀਂ, ਕੋਈ ਚੱਕਰ ਨਹੀਂ ਹੈ। ਅਤੇ ਹੁਣ ਮੈਂ ਸਾਹਮਣੇ ਜਿੱਥੇ ਗੱਡੀ ਖਿਲਾਰੀ ਹੈ ਨਾ, ਤੁਹਾਨੂੰ ਨਜ਼ਰ ਨਹੀਂ ਆ ਰਹੀ, ਅਤੇ ਉਹ ਵਾਲੀ ਗੱਡੀ ਨਾਜ਼ਰੀ ਨਹੀਂ ਮੈਂ ਖਿਲਾਰ ਸਕਦਾ ਸੀ, ਸਿਰਫ 10 ਵਜੇ ਤੱਕ ਫ੍ਰੀ, ਹੁਣ ਵੱਜ ਗਏ ਨੇ 11, ਠੀਕ ਹੈ ਨਾ। ਅਤੇ ਮੇਰਾ ਖਿਆਲ ਹੈ ਕਿ ਪਰਚੀ ਲੱਗ ਗਈ ਹੋਣੀ, ਅਤੇ ਇਸ ਟੈਨਸ਼ਨ ਦੇ ਵਿੱਚ ਮੈਂ ਫਿਰਨ ਦਿਆ ਵਾਂ। ਚਲੋ ਇਸ਼ਾਰਾ ਖੁੱਲ੍ਹ ਗਿਆ, ਨਾਜ਼ਰੀ ਨਹੀਂ ਉਹ, ਯਾਰ ਦੁਆ ਕਰਿਓ ਯਾਰ, ਕਸਮੇ ਕੋਈ ਹਿੰਮਤ ਨਹੀਂ ਹੈ, ਉਹ ਜਿਹੜੇ 20-30 ਯੂਰੋ ਨੇ ਨਾ, ਕਸਮੇ ਨਾਲ ਧੀ ਦੇ ਕੰਮ ਨਾ, ਪੁੱਤਰ ਦੇ ਕੰਮ। ਇੱਕ ਸੈਕਿੰਡ ਹੈ ਰੋਦਰਾ, ਅੱਛਾ ਜੀ, ਓਏ ਬਚ ਗਿਆ, ਓਏ ਬਚ ਗਿਆ, ਬਚ ਗਿਆ, ਅਤੇ ਸ਼ੁਕਰ ਅਲਹਮਦੁਲਿਲਾ ਤੋਂ ਬਾਅਦ ਗੱਲ ਹੈ ਬਣਦੀ ਹੈ ਕਿ। ਅਸਲਾਮ ਵਾਲੇਕੁਮ ਨਾਜ਼ਰੀਨ, ਕਿਆ ਚੱਲੇ ਸਭ ਕੇ, ਮੇਰਾ ਨਾਮ ਉਸਮਾਨ ਰਾਮ ਜੀ, ਦੇਖ ਰਹੇ ਹੈ ਇੱਥੇ। ਚਲੋ ਜੀ, ਬੱਚੇ ਸਾਹਮਣੇ ਖਲੋਤੇ ਨੇ, ਅਤੇ ਅਫਾਨ ਸਾਹਿਬ ਕਿੱਥੇ ਨੇ? ਬਿਲੀ ਜਾਨੋ, ਅਫਾਨ ਕਿੱਧਰ ਹੈ ਅਫਾਨ? ਚਲੋ ਆਰਾਮ ਸੇ ਆਰਾਮ ਸੇ ਆਰਾਮ ਸੇ ਆਰਾਮ ਸੇ ਆ ਜਾਓ ਜਸਮੀਨ ਆਪ ਜੀ। ਵਾਲੇਕੁਮ ਅਸਲਾਮ। ਅਤੇ ਬੜੀ ਬਿੱਲੀ ਆ, ਬਹੁਤ ਅੱਛੀ ਲੱਗਦੀ ਹੈ। ਅਸਲਾਮ ਵਾਲੇਕੁਮ, ਕੱਲ੍ਹ ਮੇਰਾ ਪੁੱਤਰ, ਚਲੋ ਆ ਜਾਓ। ਅੱਛਾ, ਅੱਜ ਉਹ ਦਿਨ ਦੋ ਵਜੇ ਛੁੱਟੀ ਹੋਣੀ ਹੈ। ਚਲੋ ਕੀ ਕਰ ਰਹੀ ਹੋ? ਨਾਜ਼ਰੀਨ ਫੁੱਲ ਮੱਤ ਵੱਜੀ, ਅੱਲਾ ਦੀ ਕਸਮੇ, ਜੇ ਸਹੀ ਪੁੱਛਣਾ ਮੈਂ ਆਪਣੇ ਵੱਲ ਕੈਮਰਾ, ਪਤਾ ਕਿਉਂ ਨਹੀਂ ਕਰਨ ਦਿਆ? ਚਲੋ ਮੈਂ ਤੁਹਾਨੂੰ ਖਾ ਦਿੰਦਾ, ਇੱਕ ਮਿੰਟ ਹੈਰੋ, ਮੈਂ ਕਿਉਂ ਨਹੀਂ ਸੀ ਕਰਨ ਦਿਆ। ਚੈੱਕ ਕਰ ਰਹੇ ਤੁਸੀਂ, ਚੈੱਕ ਕਰ ਰਹੇ ਤੁਸੀਂ ਮੇਰੇ ਕੰਮ ਕਿ ਅੱਖਾਂ ਫੁੱਲ, ਆ ਫਿਰ ਉਠਾ ਦੋ ਮੇਰੀ ਜਾਨੋ ਬੈਸ, ਅੱਖਾਂ ਦੀ ਫੁੱਲ ਮੱਤ ਵੱਜੀ, ਬਲਕਿ ਉਸਮਾਨ ਸਾਹਿਬ ਦੀ ਫੁੱਲ ਮੱਤ ਵੱਜੀ। ਲਾ ਮੈਂ ਉਠਾ ਲਿਆ, ਅੱਜ ਤੋਂ ਇਤਨਾ ਜ਼ਿਆਦਾ ਭਾਰਾ ਨਹੀਂ ਹੈ। ਚਲ ਆ ਜਾ, ਆ ਵੀ ਬਹੁਤ ਅੱਛੀ ਹੈ। ਘਰ ਜਾ ਕੇ ਕਿਆ ਖਾਣਾ ਹੈ ਅਭੀ? ਅੱਜ ਮਾਮਾ ਨੇ ਪਤਾ ਕਿਆ ਬਣਾਇਆ? ਅੱਜ ਮਾਮਾ ਨੇ ਬਣਾਇਆ ਹਲੀਮ ਨਾਨ, ਕੀਮੇ ਵਾਲੇ ਨਾਨ, ਆਲੂ ਵਾਲੇ ਨਾਨ, ਪਰਾਠਾ, ਆਲੂ ਵਾਲਾ ਪਰਾਠਾ, ਮੂਲੀ ਵਾਲਾ ਪਰਾਠਾ, 4-5 ਕਿਸਮ ਦੇ ਨੂਡਲ, ਜਾਂ ਸਾਗਰ ਬੋਟੀ। ਸਾਗਰ ਬੋਟੀ ਨਾਲ ਪਤਾ ਕਿਹਨੂੰ ਕਹਿੰਦੇ ਨੇ? ਸਾਗਰ ਬੋਟੀ ਆਫੇ ਕਹਿਤੀ ਹੈ, ਉਹ ਨੀ ਜਿਹੜਾ ਪਾਲਕ ਤੇ ਗੋਸ਼ਤ, ਬੋਟੀ ਵਾਲਾ ਸਾਗ, ਪਤਾ ਨੀ ਕਿਆ। ਅੱਛਾ, ਆਫੀਆ ਨੂੰ ਹੁਣ ਮੈਂ ਲੈ ਛੱਡਿਆ ਘਰ, ਅਤੇ ਉਸ ਤੋਂ ਬਾਅਦ ਮੈਂ 2 ਖਾਧੇ ਨੇ ਪਰੌਂਠੇ ਚਾਹ ਦੇ ਨਾਲ, ਨਹੀਂ ਚਾਹ ਦੇ ਨਾਲ ਨਹੀਂ, ਕੀ ਉਹ ਫਲੀਆਂ ਜੀਆਂ ਅਤੇ ਆਲੂ ਜੇ ਸੀ ਨਾ, ਆਲੂ ਫਲੀਆਂ ਅਤੇ ਚਾਹ, ਠੀਕ ਹੈ ਨਾ। ਉਹ ਨਾਲ ਤੁਹਾਨੂੰ ਸ਼ੈ ਵਿਖਾਵਾਂ, ਮੈਂ ਕੀ ਵਿਖਾਉਣੀ ਨਾਜ਼ਰੀਨ, ਮੇਰਾ ਰੰਗ ਹੀ ਨਹੀਂ ਕਿਤੇ ਚਿੱਟਾ ਆਉਂਦਿਆਂ ਨਾਜ਼ਰੀਨ। ਵੇਖੋ, ਮੈਂ ਗੱਲ ਦਾ ਮਕਸਦ ਇਹ ਹੈ ਕਿ ਮੈਂ ਨਹਾ ਧੋ ਕੇ ਨਾ, ਅਤੇ ਨਾਰਮਲ ਤਾਂ ਮੈਂ ਚੱਲਾ ਸੀ ਕੰਮ ਦੇ ਉੱਤੇ ਨਾ, ਅਤੇ ਲੇਕਿਨ ਮੇਰੀ ਬੁੱਢੀ ਆਉਂਦੀ ਹੈ, ਮੇਰੀ ਬੁੱਢੀ ਕਹਿੰਦੀ ਕਿ 2 ਪੈਕਟ, ਕਹਿੰਦੀ ਕਿ ਹੁਣ ਗੁਸ਼ ਦੇ ਘਰ ਪਏ ਨੇ, ਆਟਾ ਵੀ ਕਹਿੰਦੀ ਅੱਧਾ ਕੁ ਪੈਕਟ ਰਹਿ ਗਿਆ ਵੇ, ਈਦ ਸਿਰ ਦੇ ਉੱਤੇ ਵੇ, ਅਤੇ ਅਗਰ ਕੰਮ 'ਤੇ ਤੂੰ ਚਲਾ ਗਿਆ ਨਾ, ਅਜੇ ਤਾਂ ਦਿਨ ਵੀ ਲੰਘ ਜਾਣਾ ਵੇ, ਅਤੇ ਤੂੰ ਅੱਗੋਂ ਫਿਰ ਮੇਰੇ ਹੱਥੇ ਨਹੀਂ ਚੜ੍ਹਨਾ, ਅਤੇ ਲਿਆਜ਼ਾ ਹੁਣ ਚੱਲੀਏ, ਪਹਿਲੇ ਸਮਾਨ ਲੈ ਕੇ। ਅਸੀਂ ਹੁਣ ਬਾਹਰ ਨਾਲ ਚੱਲੇ ਹਾਂ, ਇੱਥੇ ਨਾ ਏਸ਼ੀਅਨ ਮਾਰਕੀਟ ਹੈ, ਮਤਲਬ ਪਾਕਿਸਤਾਨੀ ਦੁਕਾਨ ਹੈ, ਅਸੀਂ ਉੱਥੋਂ ਚੱਲੇ ਹਾਂ ਸਾਰਾ ਕੁਛ ਲੈਣ। ਯਾਰ ਮੈਂ ਜੋ ਵੀ ਲਵਾਂਗਾ ਨਾ, ਉਹ ਮੈਂ ਤੁਹਾਨੂੰ ਜ਼ਰੂਰ ਵਿਖਾਵਾਂਗਾ, ਅਤੇ ਕੱਪ ਕੱਪ ਕਲੀਅਰ ਲਾ ਫੀਸ। ਚਲੋ ਚੱਲੀਏ ਯਾਰ। ਹਾਂਜੀ, ਬਿਸਮਿਲ੍ਲਾਹਿ ਰਹਿਮਾਨ ਰਹੀਮ, ਇਹ ਵੇਖੋ ਜਨਾਬ, ਉਹ ਨਾਜ਼ਰੀਨ ਮੈਂ ਨਾ ਪਰਸ ਘਰ ਭੁੱਲ ਗਿਆ, ਨਾਰਮਲ ਅਸੀਂ ਗੱਡੀ ਦੇ ਵਿੱਚ ਬੈਠੇ ਸੀ, ਅਤੇ ਮੈਂ ਨਾ ਆਪਣਾ ਪਰਸ ਘਰ ਭੁੱਲ ਗਿਆ ਸੀ, ਹਮੇਸ਼ਾ ਕੀ ਤਰ੍ਹਾਂ ਭੁਲੱਕੜ ਆਦਮੀ। ਨਾਜ਼ਰੀਨ ਮੈਂ ਨਾ ਚੰਗਾ ਭਲਾ ਆਦਮੀ ਹੁੰਦਾ ਸੀ, ਇਹ ਮੇਰੀ ਮੱਤ ਵੱਜੀ ਤਕਰੀਬਨ ਜਦੋਂ ਕੋਈ 2000, ਜਦੋਂ ਮੇਰੀ ਨਾ ਮਤਲਬ ਸ਼ਾਦੀ, ਨਹੀਂ ਨਹੀਂ ਕਸਮ ਯਾਰ, ਉਹ ਕੀ ਕਹਿੰਦੇ ਹੁੰਦੇ ਨੇ, ਇਸ਼ਕ ਨੇ ਹਮੇ ਕਰ ਦਿਆ ਨਿਕੰਮਾ ਗਾਲਿਬ। ਅੱਛਾ, ਸਾਨੂੰ ਕੋਈ ਵੀ ਸ਼ੇਰ ਨਾ, ਕੋਈ ਵੀ ਸ਼ਾਇਰ ਨਾ ਲੱਭੇ, ਅਸੀਂ ਅੰਡੀ ਤੋਂ ਗਾਲਬ ਲਾ ਛੱਡੀ ਦਾ, ਕਿ ਇਸ਼ਕ ਨੇ ਹਮੇ ਕਰ ਦਿਆ ਨਿਕੰਮਾ ਗਾਲਿਬ, ਵਰਨਾ ਆਦਮੀ ਹਮ ਵੀ ਤਾਂ ਬੜੇ ਕੰਮ ਕੇ। ਮੈਟ੍ਰਿਕ ਯਾਰ, ਮੇਰੀ ਗੱਲ ਸੁਣ, ਐਲਨ ਮਸਕ ਉਹਨੇ ਮੈਟ੍ਰਿਕ ਕੀਤੀ। ਉਹ ਕੌਣ ਐਲਨ ਮਸਕ? ਜਿਹਨੇ ਉਹ ਗੱਡੀਆਂ ਨੀ ਬਣਾਈਆਂ ਟੈਸਲਾ ਵਾਲੀਆਂ ਜਿਹੜੀਆਂ, ਉਹ ਉਹਨੇ ਕੀਤੀ ਮੈਟ੍ਰਿਕ?
ਨਹੀਂ ਤੁਸੀਂ ਕਹੋ ਤੂੰ ਮੈਟਰ ਕਰਕੇ ਵੀ ਉਹਨੂੰ ਨਹੀਂ ਪਹਿਚਾਨਣਾ, ਨਹੀਂ ਤੇ ਮੈਂ ਨਹੀਂ ਕਰਕੇ ਵੀ ਉਹਨੂੰ ਪਹਿਚਾਨਣਾ ਕਿਹੜਾ ਭਾਈ ਆ ਯਾਰ। ਮੈਂ ਸਾਰਾ ਸਮਾਨ ਲੈ ਰਿਹਾ ਵੇ, ਚੈੱਕ ਕਰ ਰਹੇ ਤੁਸੀਂ ਮੇਰੇ ਕੰਮ ਨਾਜ਼ਰੀਨ, ਮਾਸ਼ਾਅੱਲਾ ਇਹ ਹੁਣ ਤਕਰੀਬਨ ਸਾਡੇ ਕਿੰਨੇ ਕੁ ਮਹੀਨੇ ਲੰਘ ਜਾਣੇ ਨੇ, ਸਾਡੇ ਦੋ ਕੁ ਮਹੀਨੇ ਤਾਂ ਲੰਘ ਹੀ ਜਾਣੇ ਨੇ ਮਾਸ਼ਾਅੱਲਾ, ਚਾਰ ਆਟੇ ਔਰ ਨਾਨ ਜਿਹੜੇ ਨੇ ਨਾ ਐਮ ਐਂਡ ਦੇ ਉੱਤੇ ਲੈ ਕੇ ਆਇਆ ਵਾਂ, ਅਤੇ ਮੈਨੂੰ ਕਹਿੰਦੇ ਸੀ ਛਾਪਰ ਲੈਣਾ, ਮੈਂ ਕਿਹਾ ਨਹੀਂ ਮੇਰੇ ਕੋਲ ਹੈ ਛਾਪਰ, ਅਤੇ ਚਲੋ ਬਹਰਲ ਇਹ ਸਾਰਾ ਕੁਛ ਜਿਹੜਾ ਤੁਸੀਂ ਨਾ ਮੇਰੀ ਬੇਗਮ ਸਾਹਿਬਾ ਦੀ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਲਿਆ ਵੇ, ਸਹੀ ਹੈ। ਅਤੇ ਦੂਸਰਾ ਮੈਂ ਨਾਜ਼ਰੀ ਨਿਓ, ਰਾਤੀ ਮੈਂ ਨਾ ਇੰਸਟਾਗ੍ਰਾਮ ਦੇ ਉੱਤੇ ਨਾ ਆਪਣੀ ਦੋ ਅਦਦ ਗਾਣੇ ਜਿਹੜੇ ਨੇ ਨਾ, ਮੈਂ ਗਾਣੇ ਗੁਣੇ ਕੋਈ ਨਹੀਂ ਸੀ, ਲੇਕਿਨ ਨਾ ਇੱਕ ਨਾ ਵਜ੍ਹਾ ਬਣੀ ਰਾਤੀ ਨਾ, ਇੱਕ ਮੇਰੇ ਇੱਕ ਇੰਸਟਾਗ੍ਰਾਮ ਦੇ ਉੱਤੇ ਨਾ ਮੇਰੇ ਹੈ ਨੇ ਛੋਟਾ ਵੀਰਾ, ਕਿਉਂਕਿ ਉਹਨੇ ਮੈਨੂੰ ਆਪਣੀ ਉਮਰ ਦੱਸੀ ਹੈ, ਇਸ ਲਈ ਮੈਂ ਕਹਿ ਸਕਦਾ ਕਿ ਛੋਟਾ ਵੀਰਾ, ਉਹਦਾ ਨਾਮ ਹੈ ਅਕਮਲ, ਠੀਕ ਹੈ ਨਾ, ਫੈਸਲਾਬਾਦ ਤੋਂ ਨੇ ਉਹ ਵੀ, ਅਤੇ ਉਹਨਾਂ ਦੇ ਨਾਲ ਹੈਲੋ ਹੈ ਉਹ ਹੁੰਦੇ ਹੀ ਸੀ, ਅਤੇ ਬੜੇ ਅੱਛੇ ਬੰਦੇ ਨੇ ਯਾਰ, ਉਹਨਾਂ ਦੇ ਨਾਲ ਗੁਫ਼ਤਗੂ ਕਰਕੇ ਬੜਾ ਮਜ਼ਾ ਆਇਆ, ਪਹਿਲੀ ਤਾਂ ਗੱਲ ਹੈ ਵੇ, ਗੱਲਾਂ ਕਰਦੇ ਨਾ ਉਹ ਮੈਨੂੰ ਨਾ ਦੱਸਣ ਲੱਗ ਕੇ ਉਨਕੇ ਜੋ ਨਾ ਮਤਲਬ ਅਕਮਲ ਭਾਈ ਦੇ ਜਿਹੜੇ ਪਾਪਾ ਨੇ ਨਾ ਅੱਬੂ ਜਾਨ ਡੈਡੀ ਜਾਨ, ਉਹ ਵੀ ਬਹੁਤ ਅੱਛਾ ਮਤਲਬ ਗਾਣਾ ਗਾਉਂਦੇ ਸੀ ਨਾ, ਅਤੇ ਖਾਨਦਾਨੀ ਨਹੀਂ ਪੇਸ਼ਾਵਰ ਕੋਈ ਗਾਣਾ ਗਾਉਂਦੇ ਨਹੀਂ ਸੀ, ਲੇਕਿਨ ਕੁਦਰਤੀ ਜਿਵੇਂ ਹੁੰਦਾ ਨਾ ਇੱਕ ਟੈਲੈਂਟ ਹੁੰਦਾ ਹੈ, ਅੱਲਾਹ ਤਾਲਾ ਜ਼ਾਤ ਨੇ ਦਿੱਤਾ ਹੁੰਦਾ ਕਿਸੇ ਨੂੰ ਟੈਲੈਂਟ, ਅਤੇ ਉਹਨਾਂ ਨੇ ਨਾ ਮੈਨੂੰ ਨਾ ਆਪਣੇ ਪਪਾ ਦੀਆਂ ਦੋ ਚਾਰ ਵੀਡੀਓਜ਼ ਘਲੀਆਂ, ਠੀਕ ਹੈ ਉਹ ਯਾਰ, ਉਹ ਮਾਸ਼ਾਅੱਲਾ ਯਾਰ ਬਹੁਤ ਅੱਛਾ ਉਹਨਾਂ ਦੇ ਨਾ ਮਤਲਬ ਉਹਨਾਂ ਦੀ ਆਵਾਜ਼ ਸੀ, ਅਤੇ ਲੇਕਿਨ ਉਹ ਕਾਪੀਰਾਈਟ ਦੀ ਵਜ੍ਹਾ ਤੋਂ ਮੈਂ ਵਿੱਚ ਸ਼ੇਅਰ ਨਹੀਂ ਕਰ ਸਕਦਾ ਤੁਹਾਡੇ ਨਾਲ ਇਹ ਵਾਲੇ ਗਾਣੇ ਜਿਹੜੇ ਉਹਨਾਂ ਨੇ ਮੈਨੂੰ ਭੇਜੇ ਸੀ, ਅਤੇ ਜਿਹੜਾ ਗਾਣਾ ਨਹੀਂ ਸੀ ਮੈਂ ਗਾਉਂਦੇ ਆ ਰਾਤੀ ਵਾਲਾ, ਕਿਆ ਹੂਆ ਤੇਰਾ ਵਾਦਾ ਵੋ ਕਸਮ, ਇਹ ਵਾਲਾ ਗਾਣਾ ਜਿਹੜਾ ਨਾ, ਅਤੇ ਇਹ ਉਹਨਾਂ ਨੇ ਮੈਨੂੰ ਭੇਜੀ ਸੀ ਆਪਣੇ ਪਾਪਾ ਦੀ ਵੀਡੀਓ ਮਤਲਬ ਡੈਡੀ ਜਾਨ ਦੀ ਵੀਡੀਓ ਭੇਜੀ ਸੀ, ਉਹਦੇ ਵਿੱਚ ਉਹ ਗਾਣਾ ਗਾਉਂਦੇ ਸੀ, ਠੀਕ ਹੈ। ਫਿਰ ਅੱਗੋਂ ਫਿਰ ਮੈਂ ਜਿਹੜਾ ਨਾ ਉਹਨੂੰ ਗੁਣਗੁਣਾ ਕੇ ਅਤੇ ਫਿਰ ਮੈਂ ਉਹਦੀ ਰੀਲ ਬਣਾ ਕੇ ਅਤੇ ਇੰਸਟਾਗ੍ਰਾਮ ਦੇ ਉੱਤੇ ਅਪਲੋਡ ਕਰ ਛੱਡੀ। ਅਕਮਲ ਭਾਈ ਲਵ ਯੂ ਯਾਰਾ, ਤੇਰਾ ਬਹੁਤ ਖੁਸ਼ੀ ਹੋਈ ਕਸਮ ਸੇ ਤੁਹਾਡੇ ਨਾਲ ਗੱਲ ਕਰਕੇ, ਮੈਂ ਤੁਹਾਨੂੰ ਵੇਖ ਲਓ, ਮੈਂ ਤੁਹਾਨੂੰ ਓਰੀਜਨਲ ਕਹਿ ਰਿਹਾ ਵਾਂ, ਲਾਈਵ ਕਹਿ ਰਿਹਾ ਵਾਂ, ਠੀਕ ਹੈ ਨਾ। ਹੁਣ ਮੈਂ ਕੀ ਕਹਿਣਾ ਸੀ, ਕੁਛ ਵੀ ਨਹੀਂ ਯਾਰ, ਹੁਣ ਚੱਲੀਏ ਘਰ, ਕਿਉਂਕਿ ਬੇਗਮ ਸਾਹਿਬਾ ਗੱਡੀ ਦੇ ਵਿੱਚ ਬੈਠੇ ਨੇ, ਅਤੇ ਮੈਂ ਤੇਰਾ ਨਾ ਸਿਰਫ ਤੁਹਾਨੂੰ ਆਪਣਾ ਕਲਿੱਪ ਵਿਖਾਉਣਾ ਸੀ ਕਿ ਬਈ ਮੈਂ ਸਮਾਨ ਲੈ ਲਿਆ ਹੈ। ਹਾਂਜੀ ਜਨਾਬ, ਕੀ ਸਲਾਹ ਹੈ? ਹਾਂਜੀ ਜਨਾਬ, ਤੁਸੀਂ ਕੁਲਫੀ ਨਹੀਂ ਖਾਂਦੇ? ਫੜੋ ਨਾ, ਨਹੀਂ ਨਹੀਂ ਸ਼ੁਕਰ ਹੈ, ਹਾਂਜੀ ਸਹੀ ਚੱਲ ਰਹੀ ਹੈ। ਫੁੱਲ ਕਿਹੜਾ ਫਲੇਵਰ ਲਿਆ ਹੈ? ਇਹ ਫਲੇਵਰ ਹੈਗਾ ਵੇ ਕੀ, ਬਦਾਮਾਂ ਦਾ ਹੋਣਾ, ਮੈਨੂੰ ਕੀ ਪਤਾ ਯਾਰ, ਕੁਲਫੀ ਜਿਵੇਂ ਕੁਲਫੀ ਹੁੰਦੀ ਹੈ। ਅਲੇ ਕਸਮੇ ਪਿਸਤੇ ਵਾਲਾ ਮੈਂ ਐਕਸਟਰਾ ਛੱਡ ਆਇਆ ਸੀ, ਲੈ ਆਇਆ ਸੀ, ਮੈਂ ਕਿਹਾ ਪਤਾ ਨਹੀਂ ਤੈਨੂੰ ਪਸੰਦ ਆਣਾ ਕਿ ਨਹੀਂ। ਨਹੀਂ, ਪਿਸਤਾ ਪਿਸਤੇ ਵਾਲੀ ਆਈਸਕ੍ਰੀਮ ਮਜ਼ੇਦਾਰ ਲੱਗਦੀ ਹੈ। ਤੁਹਾਨੂੰ ਹਿੱਤ ਕਹਿ ਨਹੀਂ ਪਤਾ ਕਿ ਤੁਸੀਂ ਕਿਹੜੀ ਆਈਸ ਖਾਈ ਦੀ ਬੈਗ ਹੈ। ਪਾਕਿਸਤਾਨ ਡੀ ਗਰਾਊਂਡ ਦੇ ਵਿੱਚ ਅਸੀਂ ਖਾਈ ਦੀ ਹੁੰਦੀ ਸੀ, ਮੈਨੂੰ ਯਾਦ ਹੈ, ਉੱਥੇ ਅਸੀਂ ਪਿਸਤੇ ਵਾਲੀ ਆਈਸ ਖਾਈ ਦੀ ਸੀ, ਇੱਥੇ ਮੈਨੂੰ ਕੋਈ ਮਜ਼ਾ ਨਹੀਂ ਆਦਾ ਪਿਸਤੇ ਵਾਲੀ। ਨਹੀਂ ਇਹ ਜਿਹੜੀ ਆਈਸ ਫਰਮ ਦੀ ਹੈ ਨਾ, ਉਹ ਪਿਸਤੇ ਵਾਲੀ ਮਜ਼ੇਦਾਰ ਹੁੰਦੀ ਹੈ। ਫਿਰ ਇਹ ਵੀ ਚੈੱਕ ਕਰ ਲੈਣੇ ਆ ਕਿਹੋ ਜਿਹੀ ਹੈ। ਹਾਂ ਨਹੀਂ, ਇਹ ਵੀ ਅੱਛੀ ਹੈ, ਇਸ ਬਾਰੇ ਯਾਦ ਰੱਖ, ਇਹ ਫਰਮ ਦੀ ਵੀ ਅੱਛੀ ਹੈ, ਤੁਹਾਨੂੰ ਮੈਂ ਕਿਸੇ ਦਿਨ ਐਡੀਡਾਸ ਫਰਮ ਦੀ ਖਵਾਉਣੀ ਹੈ। ਹਾਂ ਨਾਲ ਮੀਟਾ ਮਜ਼ਾਈਆਂ ਵਾ ਨਾ, ਚੱਲ ਚੁੱਕ ਖਾ, ਆਹੋ ਮੈਨੂੰ ਵੀ ਛੇਲ ਦੋ, ਛੇਲ ਦੋ ਇਹ ਗੰਨਾ, ਕੁਲਫੀ ਜਨਾਬ, ਮਤਲਬ ਕਾਗਜ਼ ਲਾ ਦੋ, ਕਾਗਜ਼ ਲਾ ਦੋ, ਕਸਮੇ ਤੇਰੀਆਂ ਗੱਲਾਂ ਹੋ ਰਹੀਆਂ, ਬਦਲੀ ਤਾਂ ਇਹਨਾਂ ਹੈ ਉਹ ਹੀ ਨੇ, ਇਹਦਾ ਮਤਲਬ ਕਿ ਨਾਜ਼ਰੀਨ ਯਾਰ ਮੇਰਾ ਕੈਮਰਾ ਬੰਦ ਕਰਕੇ ਇਹਨੂੰ ਦੰਦਾਂ ਨਾਲ ਛਿੱਲਣਾ ਪੈਣਾ, ਓਏ ਖੁੱਲ ਗਈ ਯਾਰ, ਯਾਰ ਓਏ ਖਰਾਬ ਹੋ ਗਈ, ਦੇ ਦੋ ਦੇ। ਚਲੋ ਜੀ, ਸਮਾਨ ਔਰ ਬੇਗਮ ਦੋਨੋਂ ਘਰ ਮੈਂ ਲਾ ਛੱਡਿਆ ਵੇ, ਤੇ ਹੁਣ ਚੱਲੀਏ ਯਾਰ ਕੰਮ ਤੇ, ਤੇ ਸਾਫ ਲਾਓ ਨਾਜ਼ਰੀਨ, ਓਏ ਮੈਂ ਕਿੱਡਾ ਢਿੱਲਾ ਆਦਮੀ ਆ ਨਾਜ਼ਰੀਨ, ਤੁਸੀਂ ਸਾਫ ਲਾਓ, ਅੱਲਾ ਮੀਆਂ ਨੇ ਨਾ ਇੱਥੋਂ ਕਰਕੇ ਬਣਾ ਛੱਡਿਆ ਵੇ, ਅਫਸਰ ਟੈਪ ਕਿ ਵੀ ਘਰ ਬਹਿ ਕੇ ਤੇ ਇੰਜੋਏ ਕਰ, ਤੇ ਮਤਲਬ ਨਾ ਇੰਜ ਕਰਕੇ, ਓਏ ਛੋਟਿਆ ਤੂੰ ਇੰਜ ਕਰ ਤੇ ਤੂੰ ਇੰਜ ਕਰ ਦੇ ਤੂੰ ਇੰਜ ਕਰ, ਤੇ ਇੱਥੋਂ ਕਰਕੇ ਅਫਸਰ ਟੈਪ ਬਣਾ ਛੱਡਿਆ, ਬਾਕੀ ਟੈਕਸੀ ਚਲਾ ਰਹੇ ਹਾਂ, ਆਹੋ ਨਹੀਂ ਨਹੀਂ ਸ਼ੁਕਰ ਅਲਹਮਦੁਲਿਲਾ, ਅੱਲਾਹ ਤਾਲਾ ਮਾਫੀ ਦੇ ਲਾ ਮੀਆਂ, ਮਜ਼ਾਕ ਕਰ ਰਹੇ ਹਾਂ, ਠੀਕ ਹੈ ਨਾ, ਤੇ ਸ਼ੁਕਰ ਅਲਹਮਦੁਲਿਲਾ। ਤੇ ਆਈਏ ਵੀ ਆਪਕੋ ਲੀਏ ਚਲਤੇ, ਮੈਂ ਹੁਣ ਇੱਕ ਚੱਲਾਂ ਵਾਂ ਸਵਾਰੀ ਦੇ ਕੋਲ, ਉਹਨੂੰ ਮੈਂ ਲੈ ਕੇ ਜਾਣਾ ਵੇ ਇੱਕ ਦੁਕਾਨ ਤੇ, ਠੀਕ ਹੈ ਨਾ, ਤੇ ਉੱਥੋਂ ਨੇ ਲੈਣਾ ਰੰਗ, ਠੀਕ ਹੈ, ਰੰਗ ਜਿਹੜਾ ਦੀਵਾਰਾਂ ਨੂੰ ਲਾਉਣ ਵਾਲਾ, ਮਤਲਬ ਸਿਰ ਨੂੰ ਲਾਉਣ ਵਾਲਾ ਨਹੀਂ, ਅਤੇ ਉਹ ਫਿਰ ਰੰਗ ਲੈ ਕੇ ਵਾਪਸ ਉਹਨੂੰ ਘਰ ਛੱਡਣਾ ਵੇ,
ਤੇ ਇਹ ਛੋਟਾ ਜਿਹਾ ਕੰਮੇ ਨਾਜ਼ਰੀਨ ਇਹ ਵੀ ਮੈਂ ਘਰ ਨਾਲ ਮਿਲ ਕੇ ਕਰ ਲਈਏ, ਕੀ ਕਹਿੰਦੇ ਹੋ ਤੁਸੀਂ? ਹੈ ਆਜੋ ਫਿਰ ਚਲੀਏ। ਉਹ ਮੇਰੀ ਸਵਾਰੀ ਹੈ ਕਾਲੇ ਕੱਪੜਿਆਂ ਵਾਲੀ, ਕੱਲ ਨਹੀਂ ਸਮਝ ਲੱਗੀ। ਚਲੋ ਸਵਾਰੀ ਮੈਂ ਬਿਠਾ ਲਈ, ਹੁਣ ਤੇ ਅਸੀਂ ਜਾ ਰਹੇ ਹੈ ਕਿੱਥੇ ਜਾ ਰਹੇ ਹੈ? ਆਹ ਦੁਕਾਨ ਤੇ ਜਾ ਰਹੇ, ਉੱਥੋਂ ਯਾਰ ਲੰਘ ਲੈਣਾ ਹੈ, ਠੀਕ ਹੈ ਨਾ? ਤੇ ਆਈਏ ਵੀ ਆਪਕੋ ਵਹਾਂ ਲਈਏ ਚਲਤੇ ਹੈ। ਅੱਛਾ ਯਾਰ ਮੈਂ ਹੁਣ ਇੱਥੇ ਪਹੁੰਚ ਗਿਆ ਵਾਂ, ਬਲਕਿ ਮੈਂ ਵੀ ਨਾ ਇਹਨੂੰ ਕੀ ਲਾਣਾ, ਮੈਂ ਬਲਕਿ ਇਹਦੇ ਨਾਲ ਹੀ ਮੈਂ ਅੰਦਰ ਜਾਂਦਾ ਵਾਂ। ਮੈਨੂੰ ਵੀ ਨਾ ਇੱਕ ਰੰਗ ਚਾਹੀਦਾ, ਮਤਲਬ ਚਿੱਟਾ ਜਿਹਾ ਰੰਗ ਚਾਹੀਦਾ ਵੇ ਆਪਣੇ ਦੀਵਾਰਾਂ ਵਾਸਤੇ। ਮੈਨੂੰ ਨਾ ਥੋੜ੍ਹਾ ਜਿਹਾ ਨਾ ਕੋਈ ਗੰਦਾ ਗੰਦਾ ਲੱਗਣ ਦਿਆ ਘਰ ਦੇ ਵਿੱਚ ਨਾ ਕੁਛ ਨਾ, ਅਤੇ ਉਹਦੇ ਵਾਸਤੇ ਮੈਨੂੰ ਥੋੜ੍ਹਾ ਰੰਗ ਚਾਹੀਦਾ। ਅਤੇ ਇਹਦੇ ਨਾਲ ਹੀ ਮੈਂ ਜਾਂਦਾ ਵਾਂ ਅੰਦਰ, ਬਲਕਿ ਇਹਦੇ ਨਾਲ ਮੈਂ ਨਹੀਂ ਅੰਦਰ ਜਾਂਦਾ, ਆਪਕੋ ਸਾਥ ਲਈ ਚਲਤੇ ਹੈ ਅੰਦਰ। ਆਈਏ ਅਭੀ ਹਮ ਆਪਕੋ ਲਈ ਚਲਤੇ ਹੈ ਕਰਾਚੀ। ਵੀਰੇ ਆਹ ਵਾਜ ਮਾਈ ਸ਼ੁਸਲ ਮੂਮੈਂਟ। ਮੇਰੀ ਚਾਬੀ ਕਿੱਥੇ ਵੇ? ਉਹ ਚਾਬੀ ਕਿੱਥੇ ਵੇ? ਸਮਾਨ ਸਭ ਪੈ ਚੁੱਕਿਆ। ਨਾਜ਼ਰੀਨ ਤੁਸੀਂ ਮੌਸਮ ਵੇਖਣ ਦਿਓ, ਸੁਪਰ ਬਾਰਿਸ਼ ਦਾ ਮੌਸਮ ਹੋਇਆ ਪਿਆ ਵੇ, ਠੀਕ ਹੈ ਨਾ? ਅਤੇ ਕੋਈ ਪਤਾ ਨਹੀਂ ਜਦੋਂ ਤੁਸੀਂ ਬਾਹਰ ਨਿਕਲੇ ਤਾਂ ਫੁੱਲ ਬਾਰਿਸ਼ ਹੁੰਦੀ ਹੋਵੇ। ਜਦੋਂ ਮੈਂ ਇੱਥੇ ਨਵਾਂ ਨਵਾਂ ਆਇਆ ਸੀ ਨਾ, ਅਤੇ ਮੈਨੂੰ ਨਾ ਇੱਕ ਕਿਸੇ ਨੇ ਕਿਹਾ ਸੀ ਕਿ ਇੱਥੇ ਦੇ ਨਾ ਮਤਲਬ ਯੂਰਪ ਦਾ ਨਹੀਂ, ਉਹਨਾਂ ਨੇ ਖੈਰ ਜਰਮਨੀ ਦਾ ਮੈਨੂੰ ਕਿਹਾ ਸੀ, ਮੈਨੂੰ ਕਹਿਣ ਦਿਆ ਸੀ ਕਿ ਇੱਥੇ ਨਾ ਤੂੰ ਤਿੰਨ ਚੀਜ਼ਾਂ ਦਾ ਇਤਬਾਰ ਨਹੀਂ ਕਰਨਾ। ਮੈਂ ਕਿਹਾ ਕਿਹੜੀ ਕਿਹੜੀ? ਕਹਿੰਦਾ ਵਰਕ, ਵੈਦਰ ਅਤੇ ਵੂਮੈਨ, ਇਹਨਾਂ ਦਾ ਕੋਈ ਇਤਬਾਰ ਨਹੀਂ ਹੈ ਕਿਹੜੇ ਵੇਲੇ ਬਦਲ ਜਾਣ, ਠੀਕ ਹੈ ਨਾ? ਅੱਛਾ ਮੈਂ ਰੰਗ ਲੈਣਾ। ਅੱਛਾ ਯਾਰ ਇੱਥੋਂ ਹੁਣ ਮੈਂ ਲੈਣਾ ਰੰਗ, ਚਿੱਟੇ ਰੰਗ ਦਾ ਰੰਗ ਆਹੋ। ਅਤੇ ਇਹਦਾ ਕੋਈ ਮਹਿੰਗਾ ਤਾਂ ਨਹੀਂ ਲੈਣਾ, ਕਿਉਂਕਿ ਮੈਂ ਨਾ ਦੀਵਾਰ ਨੂੰ ਕਰਨਾ ਵੇ, ਅਤੇ ਮੈਨੂੰ ਇਹ ਵੇ ਕਿ ਯਾਰ ਇੱਥੇ ਤਾਂ ਯਾਰ 19 ਯੂਰੋ ਦਾ, ਇਹ ਵੀ ਮੈਨੂੰ ਮਹਿੰਗਾ ਲੱਗਣ ਦਿਆ। 2.5 ਲੀਟਰ ਉਹ ਤੁਹਾਡਾ ਕੋਲ ਹੈ, ਬਹੁਤ ਮਹਿੰਗਾਈ ਹੋ ਗਈ ਨਾਜ਼ਰੀਨ, ਅੱਲਾ ਦੀ ਕਸਮੀ ਯਾਰ। 1 ਲੀਟਰ 10 ਯੂਰੋ ਦਾ, ਆਹੋ 2.5 ਲੀਟਰ ਠੀਕ ਹੈ। ਇਹ ਕਿੰਨੇ ਦਾ? 18 ਯੂਰੋ ਦਾ। 18 ਯੂਰੋ ਤਾਂ ਕਿੰਨਾ? 10 ਲੀਟਰ। ਉਹ ਤਾਂ ਫਿਰ ਇਹ ਸਸਤਾ ਹੈ, ਅਗਰ 18 ਦਾ 10 ਲੀਟਰ ਹੈ ਤਾਂ ਫਿਰ 2.5 ਲੀਟਰ ਬਹੁਤ ਸਸਤਾ ਹੋਣਾ ਚਾਹੀਦਾ ਹੈ। ਯਾਰ ਨਾਜ਼ਰੀਨ ਮੈਂ ਇੱਕ ਮਿੰਟ ਲੱਭ ਲਵਾਂ, ਫਿਰ ਮੈਂ ਤੁਹਾਡੇ ਕੋਲ ਆਉਣਾ ਅਤੇ ਕੱਪ ਕੱਪ ਕੇ ਲਈ ਲਾਫੀਸ। ਮੈਂ ਨਾ ਇੱਕ ਬੰਦੇ ਕੋਲੋਂ ਪੁੱਛਿਆ ਵੇ, ਅਤੇ ਉਹਨੇ ਮੈਨੂੰ ਕਿਹਾ ਕਿ ਇਹ ਵਾਲਾ ਤੂੰ ਲੈ ਲੈ, ਠੀਕ ਹੈ ਨਾ? ਨਟੂ ਰਵਾਈਸ ਕਹਿੰਦੇ ਨੈਚੁਰਲ ਵਾਈਟ, ਠੀਕ ਹੈ? ਅਤੇ ਇਹ ਕਹਿੰਦੇ ਆ ਵੀ ਕਿ ਠੀਕ ਹੈ ਤੇਰੇ ਨਾ ਦੀਵਾਰ ਵਾਸਤੇ, ਤੇਰੇ ਮਤਲਬ ਜੋ ਉਹਨੂੰ ਮੈਂ ਦੱਸਿਆ ਉਹਦੇ ਵਾਸਤੇ, ਕਹਿੰਦਾ ਸਹੀ ਹੈ। ਅਤੇ ਇਹ ਹੈਗਾ 17 ਯੂਰੋ ਦਾ, 2.5 ਲੀਟਰ, ਸਹੀ ਹੈ। ਯਾਰ ਮੈਂ ਸੋਚਣ ਦਿਆ ਵਾਂ ਕਿ ਬੁਰਸ਼ ਵੀ ਨਾ ਲੈ ਲਵਾਂ, ਕੀ ਕਹਿੰਦੇ ਹੋ ਤੁਸੀਂ? ਨਾਰਮਲ ਤਾਂ ਬੁਰਸ਼ ਮੇਰੇ ਕੋਲ ਥੱਲੇ ਕੇਲਰ ਦੇ ਵਿੱਚ ਪਏ ਨੇ, ਬੇਸਮੈਂਟ ਦੇ ਵਿੱਚ ਹੈ ਕਿ ਨਹੀਂ? ਤਾਂ 12 ਯੂਰੋ, ਮੇਰਾ ਦਿਮਾਗ ਨਹੀਂ ਖਰਾਬ, ਪੁਰ ਕਰਾਓ ਸਮਾਨ ਸਾਹਿਬ। ਇਹ ਕਿੰਨੇ ਦਾ? 8 ਯੂਰੋ, ਪਤਾ ਨਹੀਂ ਕਾਹਦੇ ਵਾਸਤੇ ਵੀ ਇਸ ਕਿਸਮ ਦਾ, ਇਹ ਵੀ ਨਹੀਂ ਠੀਕ। ਉਹ ਨਾਜ਼ਰੀਨ ਮੈਂ ਇੱਥੋਂ ਕੁਛ ਨਹੀਂ ਲੈਣਾ, ਕਿਉਂਕਿ ਮੇਰੇ ਕੋਲ ਬੁਰਸ਼ ਪਏ ਨੇ, ਜੇ ਕੋਈ ਸਸਤਾ ਲੱਭ ਕੇ ਮੈਂ ਬਾਕੀ ਲੈ ਵੀ ਲੈਣਾ। ਇਹ ਕੀ ਹੱਦ ਮੁੱਕੀ ਯਾਰ, ਪਤਾ ਨਹੀਂ ਕੀ ਹੈ, ਇਹ ਚੁੰਝਾਂ ਜਿਹੀਆਂ ਨਿਕਲੀਆਂ ਅਤੇ 10 ਯੂਰੋ ਦੀਆਂ ਚੁੰਝਾਂ ਜਿਹੀਆਂ ਨੇ। ਇਹ ਕੀ? ਅੱਛਾ ਜੀ ਇਹ ਕੱਪੜੇ ਨੇ ਜੀ, ਠੀਕ ਹੈ, ਕੱਪੜੇ ਪਾ ਕੇ ਤਾਂ ਤੁਸੀਂ ਰੰਗ ਕਰਨਾ, ਬੱਕਰੀ ਲਾਸ਼ ਦੀ ਬਣ ਕੇ ਲਾਤਾ ਨਾਜ਼ਰੀਨ, ਲਾਸ਼ ਤੋਂ ਮੁਰਾਦ ਮੇਰੀ ਹੈ ਕਿ ਚਿੱਟੇ ਰੰਗ ਦੇ ਨੇ ਕੱਪੜੇ ਪਾਏ ਨੇ, ਅਸਲੀ ਮੈਂ ਕਹਿੰਦੇ ਹਾਂ, ਪਰ ਲਾਮੀਆਂ ਮਾਫੀ ਦੇ। ਚਲੋ ਚਲੀਏ ਯਾਰ, ਸਵਾਰੀ ਮੇਰੀ ਉਹ ਆਪਣਾ ਰੰਗ ਲੈ ਕੇ ਖਲੋਤੀ ਹੈ, ਅਤੇ ਹੁਣ ਜਾ ਕੇ ਦੇ ਦਈਏ ਪੈਸੇ ਅਤੇ ਫਿਰ ਚਲਤੇ ਹੈ ਆਪਣੇ ਆਪਣੇ ਘਰ। ਅੱਛਾ ਤੁਸੀਂ ਨਾ ਇੱਥੇ ਆਪੇ ਵੀ ਪੈਸੇ ਦੇ ਸਕਦੇ ਹੋ, ਤਾਂ ਪਤਾ ਤੁਹਾਨੂੰ ਇਸ ਗੱਲ ਦਾ ਪਤਾ ਕਿ ਨਹੀਂ? ਬਾਗਡ ਇੱਥੇ ਤੁਸੀਂ ਆਪੇ ਵੀ ਪੈਸੇ ਦੇ ਸਕਦੇ ਹੋ, ਬਲਕਿ ਆਪੇ ਵੀ ਸਾਰਾ ਕੰਮ ਕਰ ਸਕਦੇ ਹੋ। ਇੱਥੇ ਰੱਖਣਾ, ਸਕੈਨ ਕਿੱਥੋਂ ਕਰਨਾ? ਇੱਥੋਂ, ਇੱਕ ਸੈਕਿੰਡ ਹਰੋ, ਦੇਖਿਆ 17 ਯੂਰੋ 95 ਸੈਂਟ। ਇੱਥੋਂ 20 ਯੂਰੋ ਕੱਢਦੇ ਨੇ, ਪਾਣੀ ਕਿੱਥੇ ਨੇ? ਇੱਥੇ, ਅਤੇ ਬਾਕੀ ਪੈਸੇ ਮਿਲਣੇ ਨੇ ਇੱਥੋਂ। ਇਹ ਮਿਲ ਗਈ
ਪਰਚੀ ਫਿਲਨ ਡਾਂਗ। ਚਲੋ ਜੀ ਇਹ ਵੀ ਹੋ ਗਿਆ ਅਤੇ ਇਹ ਹੁਣ ਜਿਹੜੀ ਇਹਨੂੰ ਸਕੈਨ ਕਰਨਾ ਨਾਜ਼ਰੀਨ, ਇਹ ਬੂਹਾ ਖੋਲ੍ਹਣ ਵਾਸਤੇ ਇਹਨੂੰ ਸਕੈਨ ਕਰਨਾ ਅਸੀਂ ਇੱਥੇ ਅਤੇ ਫਿਰ ਇਹ ਬੂਹਾ ਖੋਲ੍ਹਣਾ ਸਾਡੇ ਵਾਸਤੇ। ਚਲੋ ਇਹ ਵੀ ਅੱਜ ਦਾ ਕੰਮ ਹੋ ਗਿਆ ਮੁਕੰਮਲ। ਮੇਰੀ ਗੱਡੀ ਕਿੱਥੇ ਖੜੋਤੀ ਹੈ? ਇੱਧਰ ਲੱਭ ਨਹੀਂ ਖੜੋਤੀ। ਮੈਂ ਹੁਣ ਨਾ ਸਵਾਰੀ ਨੂੰ ਉਡੀਕਣ ਦਿਆਂ ਵਾਂ, ਆਪਣੀ ਨੂੰ ਉਹਨੂੰ ਤਾਂ ਮੈਂ ਉਡੀਕਣ ਦਿਆਂ, ਬਾਅਦ 'ਚ ਉਡੀਕਣਾ ਵਾਂ। ਇਹ ਕਾਹਦੇ ਨੇ? ਮਾਲਟੇ ਨੇ। ਕਿੰਨੇ ਦਾ ਹੈ? 29 ਯੂਰੋ ਦਾ ਦਰਖਤ। ਨਹੀਂ ਨਹੀਂ 29 ਦਾ ਨਹੀਂ, ਆਹੋ ਇਹ ਵੀ 29 ਦਾ ਹੀ ਹੈ। ਉਹ ਨਾਲ ਮੇਰੀ ਸਵਾਰੀ ਆ ਗਈ, ਅੱਜ ਚਲੀ ਹੁਣ ਲੈ ਕੇ ਅਤੇ ਕੱਪ ਕੱਪ ਕੇ ਲਈ ਲਾ ਫੀਸ। ਓਏ ਨਾਜ਼ਰੀਨ ਕਸਮ ਖੁਦਾ ਦੀ ਕਿੰਨਾ ਚਿੱਟਾ ਚਿੱਟਾ ਲੱਗਣ ਦਿਆ ਉਸ ਮਾਰਸ਼ੀ ਦਾ, ਮੈਂ ਤਰੀਦ ਕਰੋ ਜੱਟ, ਹੈ ਨਾ ਅੱਲਾ ਦੀ ਕਸਮ, ਹੈ ਨਾ। ਅੱਛਾ ਨਾਜ਼ਰੀਨ, ਮੈਂ ਨਾ ਗੱਡੀ ਦੇ ਵਿੱਚ ਪਤਾ ਬਾਹਰ ਕਿਉਂ ਨਿਕਲਿਆ, ਮੈਂ ਇਸ ਲਈ ਨਿਕਲਿਆ ਕਿ ਮੈਂ ਹੁਣ ਤੁਹਾਡੇ ਕੋਲ ਇੱਥੇ ਲੈਣੀ ਇਜਾਜ਼ਤ, ਕਿਉਂਕਿ ਵੀਡੀਓ ਜਿਹੜੀ ਨਾ ਬਿਲਾ ਵਜ੍ਹਾ ਲੰਬੀ ਹੋਈ ਜਾਣ ਦੀ ਹੈ ਅਤੇ ਉਸ ਤੋਂ ਪਹਿਲੇ ਮੈਂ ਪਤਾ ਕੀ ਗੱਲ ਕਰਨੀ ਹੈ। ਮੈਂ ਹੁਣ ਇੱਕ ਕਮੈਂਟ ਪੜ੍ਹਨ ਦਿਆ ਸੀ, ਕੀ ਨਾਮ ਸੀ ਯਾਰ, ਹਵਾ ਚੱਲਣ ਦੀ ਹੈ ਅਤੇ ਉਹਦੀ, ਸੋਰੀ ਕੰਪਨੀ ਆਪਸੇ ਮਦਦ ਖਾ ਹੈ। ਮੈਂ ਕਮੈਂਟ ਪੜ੍ਹਨ ਦਿਆ ਸੀ, ਇੱਕ ਮੇਰੀ ਭੈਣ ਹੈ, ਵੱਡੀ ਭੈਣ ਹੈ ਜਾਂ ਛੋਟੀ ਭੈਣ ਹੈ, ਠੀਕ ਹੈ ਨਾ, ਅਤੇ ਇੱਕ ਮੇਰੀ ਭੈਣ ਹੈ, ਉਹਨਾਂ ਦਾ ਨਾਂ ਹੈ ਜੀਆ ਭੱਟੀ, ਅਤੇ ਜੀਆ ਭੱਟੀ ਭੈਣ ਨੇ ਮੈਨੂੰ ਇਤਰਾਜ਼ ਕੀਤਾ ਕਿ ਉਸਮਾਨ ਬਾਈ ਮੈਂ ਇੰਨੀ ਵਾਰੀ ਤੈਨੂੰ ਲਿਖਿਆ ਹੋਵੇ ਕਿ ਤੂੰ ਮੇਰਾ ਨਾਮ ਲੈ, ਲੇਕਿਨ ਅੱਜ ਤੱਕ ਤੂੰ ਨਾਮ ਨਹੀਂ ਲਿਆ ਨਾ, ਅਤੇ ਜੀਆ ਭੱਟੀ ਭੈਣ ਹੈ ਸਲਾਲਿਕਮ। ਅਤੇ ਯਾਰ ਮੈਨੂੰ ਨਹੀਂ ਅੱਲਾ ਦੀ ਕਿਸਮੇ ਪਤਾ ਕਿ ਮੈਂ ਕਦੋਂ ਕੋਈ ਇਗਨੋਰ ਕੀਤਾ ਜਿੱਦਾਂ ਕੋਈ ਕਮੈਂਟ ਨਾ, ਲੇਕਿਨ ਜੀਆ ਭੱਟੀ ਭੈਣਾ ਸਲਾਮ ਅਲੈਕਮ, ਅਤੇ ਹੁਣ ਤੂੰ ਵੀ ਮੇਰੇ ਵਾਸਤੇ ਜਿਹੜਾ ਨਾ ਦੁਆ ਕਰਨੀ ਹੈ, ਸਹੀ ਹੈ? ਅਤੇ ਸਹੀ ਹੈ ਨਾਜ਼ਰੀਨ, ਮੈਨੂੰ ਦੁਆਉਣ ਦੇ ਯਾਦ ਰੱਖਿਓ ਅਤੇ ਆਪਣਾ ਵੀ ਧਿਆਨ ਰੱਖਿਓ ਅਤੇ ਆਪਣੇ ਤਾਂ ਮੱਖੀ ਨਾ ਪਹਿਨ ਦਿਆ ਕਰੋ, ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ। ਅਤੇ ਇਨਸ਼ਾ ਅੱਲਾ ਤਾਲਾ ਕੱਲ੍ਹ ਆਪਸੇ ਨਵੀਂ ਵੀਡੀਓ ਮੇਂ ਮੁਲਾਕਾਤ ਹੋਏਗੀ, ਮੁਲਾਕਾਤ ਹੋਏਗੀ, ਅਤੇ ਕੱਪ ਕੱਪ ਕੇ ਲੀਏ, ਹਾਫੀਜ਼।